ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤੀ ਹਾਕੀ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ। ਲਗਾਤਾਰ ਦੋ ਓਲੰਪਿਕ ਖੇਡਾਂ ਦੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਖਾਸ ਕਰਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਸਾਬਕ ਸਰੂਪ ਖਿਡਾਰੀ ਹਰਮਨਜੀਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ। ਸਮੁੱਚੀ ਟੀਮ ਦੀ ਸਿਹਤਯਾਬੀ ਅਤੇ ਚੜ੍ਹਦੀ ਕਲਾ ਦੀ ਵੀ ਅਰਦਾਸ ਕੀਤੀ ਗਈ ਹੈ। SGPC ਦੇ ਵੱਲੋਂ ਭਾਰਤੀ ਹਾਕੀ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ ਹੈ। ਓਲੰਪਿਕ ਖੇਡਾਂ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ, ਜਿਸ ਨੂੰ ਲੈ ਕੇ ਬੇਹੱਦ ਖੁਸ਼ੀ ਹੈ, ਜਿਹੜੀ ਕਿ SGPC ਦੇ ਵੱਲੋਂ ਵੀ ਇਹ ਵਧਾਈ ਉਹਨਾਂ ਨੂੰ ਦਿੱਤੀ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਦੀ ਗੱਲ ਆ ਕਿ ਲਗਾਤਾਰ ਦੋ ਓਲੰਪਿਕ ਗੇਮਾਂ ਵਿੱਚ ਭਾਰਤੀ ਟੀਮ ਵੱਲੋਂ ਜਿਹੜਾ ਉਹ ਕਾਂਸੀ ਦਾ ਤਗਮਾ ਜਿੱਤਿਆ ਗਿਆ। ਐਰਕਾ ਮਿਹਨਤ ਮੁੰਡਿਆਂ ਨੇ ਬਹੁਤ ਕੀਤੀ ਸੀ ਅਤੇ ਆਸ ਸੀ ਕਿ ਸ਼ਾਇਦ ਇਹ ਗੋਲਡ ਮੈਡਲ ਵੀ ਜਿੱਤ ਜਾਣ, ਪਰ ਸੈਮੀਫਾਈਨਲ ਹਾਰਨ ਕਰਕੇ ਜਿਹੜਾ ਉਹ ਗੋਲਡ ਤੱਕ ਨਹੀਂ ਪਹੁੰਚ ਸਕੇ। ਫਿਰ ਵੀ ਬਹੁਤ ਮਿਹਨਤ ਕੀਤੀ ਆ ਮੁੰਡਿਆਂ ਨੇ। ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ, ਕਿਉਂਕਿ ਇਸ ਟੀਮ ਵਿੱਚ ਪੰਜਾਬ ਦਾ ਨਾਂ ਵੀ ਰੋਸ਼ਨ ਕੀਤਾ, ਉੱਥੇ ਹਿੰਦੁਸਤਾਨ ਦਾ ਨਾਂ ਵੀ ਰੋਸ਼ਨ ਕੀਤਾ, ਕਿਉਂਕਿ 10 ਮੁੰਡੇ ਜਿਹੜੇ ਉਹ ਇਕੱਲੇ ਪੰਜਾਬ ਦੀ ਟੀਮ ਵੱਲੋਂ ਖੇਡ ਰਹੇ, 5 ਮੁੰਡੇ ਤਾਂ ਇਕੱਲੇ ਅਵਸਰ ਦੇ ਆ, ਅਤੇ ਉਹਨਾਂ ਵਿੱਚ ਸਰਦਾਰ ਜਰਮਨਜੀਤ ਸਿੰਘ ਜਿਹੜੇ ਸਾਫ ਸੂਰਤ ਨੇ, ਉਹ ਖੇਡਦੇ ਪਤਾ ਲੱਗਦਾ ਸੀ ਕਿ ਵਰਲਡ ਵਿੱਚ ਸਿੱਖ ਟੀਮ ਖੇਡ ਰਹੀ ਹੈ, ਕਿਉਂਕਿ ਲਗਭਗ ਬਹੁਤੇ ਮੁੰਡੇ ਜਿਹੜੇ ਉਹ ਸਿੱਖ ਪਰਿਵਾਰਾਂ ਨਾਲ ਇਹਨਾਂ 10 ਵਿੱਚੋਂ ਵੀ, ਅਤੇ ਉਹਨਾਂ 'ਚੋਂ ਜਿਹੜਾ ਜਰਮਨਜੀਤ ਉਹ ਸਾਫ ਸੂਰਤ ਹੋਣਾ ਮੈਂ ਸਮਝਦਾ ਕਿ ਬਹੁਤ ਚੰਗੀ ਗੱਲ ਆ। ਮੈਂ ਪਰਿਵਾਰ ਨੂੰ ਅਤੇ ਸਮੁੱਚੀ ਟੀਮ ਨੂੰ, ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਕਿ ਇਹਨਾਂ ਨੇ ਜਿਹੜਾ ਪੰਜਾਬ ਦਾ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਇਹਨਾਂ ਨੂੰ ਤੰਦਰੁਸਤੀ ਬਖਸ਼ੇ ਗੁਰੂ ਮਹਾਰਾਜ, ਇਹਨਾਂ ਨੂੰ ਸਿਹਤ ਜਾਬੀ ਬਖਸ਼ਣ, ਅਤੇ ਇਹਨਾਂ ਦੇ ਪਰਿਵਾਰਾਂ ਨੂੰ ਵੀ ਇਹ ਤੰਦਰੁਸਤੀ ਬਖਸ਼ਣ, ਜਿਨ੍ਹਾਂ ਨੇ ਇਹ ਬੱਚਿਆਂ ਨੂੰ ਹੌਸਲਾ ਅਫਜਾਈ ਕਰਕੇ ਇਹਨਾਂ ਟੀਮਾਂ ਲਈ ਤਿਆਰ ਕੀਤਾ ਹੈ।